viewers break ਤੋਂ ਬਾਅਦ ਤੁਹਾਡਾ ਸਵਾਗਤ ਹੈ ਅਸੀਂ ਆਸਟ੍ਰੇਲੀਆ ਤੋਂ ਵੀਰਜੀ ਦੀ ਈਮੇਲ ਰੈਂਦੀ ਈਮੇਲ ਸਾਡੇ ਨੈਕਸਟ ਪ੍ਰੋਗਰਾਮ ਵਿੱਚ ਪੜ੍ਹਾਂਗੇ ਡਾਕਟਰ ਸਾਹਿਬ ਹੁਣ ਸੰ ਸਾਡੇ ਦਰਸ਼ਕਾਂ ਨੂੰ ਅੱਜ ਦੇ ਦਿਨ ਦੀ ਇਤਿਹਾਸਕ ਘਟਨਾ ਬਾਰੇ ਦੱਸੋ ਸਿੱਖ ਇਤਿਹਾਸ ਦੇ ਹਵਾਲੇ ਨਾਲ 1809 ਦੇ ਵਿੱਚ ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਮਰ ਨਾਨ ਹਾਲ ਸਿੰਘ ਦਾ ਵਿਆਹ ਸੀ ਔਰ ਕਿਉਂਕਿ ਜਿਹੜੇ ਵਿਵਹਨ ਦੇ ਲਈ ਬਰਾਤ ਨੇ ਲਾਹੌਰ ਤੋਂ ạtਾਰੀ ਆਣਾ ਸੀ ਸ਼ਾਮ ਸਿੰਘ ạtਾਰੀਵਾੜੇ ਦੀ ਬੇਟੀ ਨਾਲ ਹੀ ਜਿਹੜਾ ਉਹ ਸਾਖ ਹੋਇਆ ਸੀ ਹਾਂਜੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਆਪਣਾ ਜਾਓ ਜਲਾਲ ਦਾ ਖਾਂਦਿਆ ਇਵਨ ਅੰਗਰੇਜ਼ਾਂ ਨੂੰ ਵੀ ਕਿਉਂਕਿ 1802 ਦੇ ਵਿੱਚ ਉਹਨਾਂ ਨਾਲ ਸੰਧੀ ਹੋ ਚੁੱਕੀ ਸੀ ਜੀ 1809 ਚ ਅੰਮ੍ਰਿਤਸਰ ਦੀ ਟੀਟੀ ਵੀ ਹੋਈ ਸੀ ਜੀ ਸੋ ਉਹਨਾਂ ਨੇ ਉਹਨਾਂ ਨੂੰ ਵੀ ਇਨਵਾਈਟ ਕੀਤਾ ਕਿ ਵੀ ਤੁਸੀਂ ਵੀ ਇਸ ਵਿਆਹ ਸੈਰੇਮੋਨੀ ਦੇ ਵਿੱਚ ਸ਼ਾਮਲ ਹੋਵੋ ਰਾਜ ਵੀ ਕਈ ਵਾਰ ਜਿਹੜੇ ਉਸ ਖਿੱਤੇ ਦੇ ਹਿਸਟੋਰੀਅਨ ਨੇ ਉਸ ਵਿਆਹ ਦੀ ਸ਼ਾਨ ਨੂੰ ਬਿਆੰਦੇ ਨੇ ਕਿੰਨੇ ਹਾਥੀ ਕਿੰਨੇ ਘੋੜੇ ਕਿਵੇਂ ਤੋਹਫੇ ਕਿਵੇਂ ਬਰਾਤ ਲਾਹੌਰ ਤੋਂ اٹਾਰੀ ਆਈ ਕੀ ਹੋਇਆ ਪਰ ਜਿਹੜਾ ਇੱਕ ਵਾਕਿਆ ਉਸ ਦੌਰਾਨ ਹੋਇਆ ਕਿਉਂਕਿ ਜਿਹੜਾ ਮਿਟਕਾਫ ਹੈ ਅੰਗਰੇਜ਼ੀ ਡੈਲੀਗੇਸ਼ਨ ਨੂੰ ਲੈ ਕੇ ਜਾਂ ਉਹਨਾਂ ਦੇ ਜਿਹੜੀ ਵੀ ਵਿਆਹ ਪਾਰਟੀ ਸੀ ਵਿੱਚ ਉਹਨੂੰ ਉਹਨੇ ਲੀਡ ਕੀਤਾ ਤੇ ਉਹਦੇ ਨਾਲ ਉਹਦੀ ਫੌਜ ਵੀ ਸੀ ਉਹਨਾਂ ਨੇ ਕਿਉਂਕਿ ਅੰਗਰੇਜ਼ ਬਹੁਤ ਚਲਾਕ ਸੀ ਉਹਨਾਂ ਨੇ ਇਸ ਬਹਾਨੇ ਨਾਲ ਅਮਰਸਰ ਦਾ ਕਿਲਾ ਵੀ ਦੇਖਿਆ ਲਾਹੌਰ ਦਾ ਕਿਲਾ ਵੀ ਦੇਖਿਆ ਔਰ ਉਹ ਨਾਲ ਦੀ ਨਾਲ ਨਕਸ਼ੇ ਵੀ ਬਣਾਉਂਦੇ ਜਾਂਦੇ ਸੀ ਕਿ ਵੀ ਕਿੱਥੇ ਕਿੱਥੇ ਕੀ ਇਲਾਕਾ ਹੈ ਔਰ ਹਾਲਾਂਕਿ ਰਣਜੀਤ ਸਿੰਘ ਦੇ ਜਰਨੈਲਾਂ ਨੇ ਇਹ ਗੱਲ ਪਸੰਦ ਨਹੀਂ ਸੀ ਕੀਤੀ ਕਿ ਅੰਗਰੇਜ਼ਾਂ ਨੂੰ ਤੁਸੀਂ ਇਸ ਬਹਾਨੇ ਮੌਕਾ ਦੁੱਤਾ ਹੈ ਕਿ ਉਹ ਪੰਜਾਬ ਦੀ ਕੰਟਰੀ ਸਾਈਡ ਦੇ ਵੀ ਨਕਸ਼ੇ ਬਣਾਣ ਤੇ ਉਹਨਾਂ ਦੇ ਨਾਲ ਮਟਕਾਫ ਦੇ ਨਾਲ ਜਿਹੜੀ ਹੈ ਉਹ ਦੇਸੀ ਫੌਜ ਵੀ ਸੀ ਯੂਪ ਬਿਹਾਰ ਜਿਹੜੇ ਨੇ ਜਾਂ ਮਦਰਾਸ ਦੱਖਣ ਦੇ ਵਿੱਚ ਉਹ ਵੀ ਨਾਲ ਉਹਨਾਂ ਦੇ ਸੀ ਔਰ ਜਦੋਂ ਉਹ ਫੌਜੀ ਰਸਤਾ ਜਿਹੜਾ ਉਹਨਾਂ ਦਾ ਉਹਨਾਂ ਦਾ ਮੁਹਰਮ ਦੇ ਦਿਨ ਚੱਲ ਰਿਹਾ ਸੀ ਉਹਨਾਂ ਦੇ ਵਿੱਚ ਕੁਝ ਮੁਸਲਮਾਨ ਸ਼ੋਲਡਰ ਵੀ ਸੀ ਸੋ ਇਹ ਫੌਜ ਜਿਹੜੀ ਹੈ ਬੜਾ ਰੌੜਾ ਰੱਪਾ ਪਾਉਂਦੇ ਆ ਹਰਮੰਦਰ ਸਾਹਿਬ ਦੇ ਸਾਹਮਣੇ ਕਿਉਂਕਿ ਜਿਵੇਂ ਅੱਜ ਪ੍ਰੋਟੈਕਟਿਡ ਹੈ ਐਵੇਂ ਨਹੀਂ ਸੀ ਖੁੱਲਾ ਜਿਆ 에ਰੀਆਜ਼ ਯੂ ਉਹ ਲੰਗੀ ਤੇ ਸ਼ਾਮ ਦਾ ਜਿਹੜਾ ਪਾਠ ਚੱਲ ਰਿਹਾ ਸੀ ਔਰ ਉਹ ਵਿੱਚ ਡਿਸਟਰਬੈਂਸ ਹੋਈ ਅਕਾਲੀ ਫੁੱਲਾ ਸਿੰਘ ਹੋਰਾਂ ਨੇ ਅ ਨਿਹੰਗ ਸਿੰਘਾਂ ਨੂੰ ਭੇਜਿਆ ਦੋ ਚਾਰ ਨੂੰ ਵੀ ਇਹਨਾਂ ਨੂੰ ਕਹੋ ਕਿ ਵੀ ਇੱਥੋਂ ਚੁੱਪ ਕਰਕੇ ਲੰਘੋਏ ਗੁਰੂ ਕਾ ਦਰਬਾਰ ਹੈ ਇੱਥੇ ਨਾ ਡਿਸਟਰਬੈਂਸ ਕਰੋ ਤੇ ਉਹ ਜਦੋਂ ਗਏ ਤੇ ਉਹਨਾਂ ਨੇ ਅੱਗੋਂ ਹਮਰਾ ਕਰਕੇ ਉਹਨਾਂ ਦੇ ਦੁਬਾਲਿਆਂ ਨੂੰ ਕਿਸੇ ਸਿੰਘ ਦਾ ਰਾਹ ਦਿੱਤਾ ਜੀ ਜੀ ਉਹ ਉਥੇ ਫਸਪੇ ਚੜੜਾ ਹੋ ਗਿਆ ਫਿਰ ਹੋਰ ਅਕਾਲੀ ਪਹੁੰਚ ਗਏ ਸੋ ਕਾਫੀ ਦੋ ਤਰਫਾ ਜਿਹੜਾ ਹੈ ਉਹ ਟੱਕਰ ਹੋਈ ਉਹਦੇ ਵਿੱਚ ਕੁਝ ਉਹਨਾਂ ਦੇ ਵੀ ਮਾਰੇ ਗਏ ਫੌਜੀ ਕੁਝ ਨਿਹੰਗ ਸਿੰਘ ਵੀ ਸ਼ਹੀਦ ਹੋਏ ਸੋ ਅਚਾਨਕ ਫਿਰ ਮਹਾਰਾਜਾ ਰਣਜੀਤ ਸਿੰਘ ਉੱਥੇ ਪਹੁੰਚ ਗਏ ਤੇ ਉਸ ਨੂੰ ਉਹਨਾਂ ਨੇ ਸ਼ਾਂਤ ਕਰਕੇ ਜਿਹੜਾ ਹੈ ਉਹ ਅੰਗੇ ਤੋਰਿਆ ਹਾਂਜੀ ਨਹੀਂ ਤਾਂ ਇਹ ਜਿਵੇਂ ਕਿਸੇ ਦਾ ਡਿਪਲੋਮੈਟ ਮਾਰਨ ਵਾਲੀ ਗੱਲ ਹੁੰਦੀ ਹੈ ਇਹੋ ਜਿਹਾ ਹੀ ਕੰਮ ਹੋ ਗਿਆ ਇਸ ਪਰ ਉਹ ਜਿਹੜਾ ਆਪਸੀ ਟਕਰਾਅ ਹੋਇਆ ਉਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਇਹ ਆਈਡੀਆ ਵੀ ਦੇ ਦਿੱਤਾ ਕਿ ਉਹ ਜਿਹੜੇ ਨੇ ਉਹ ਕਿਵੇਂ ਟ੍ਰੇਂਡ ਨੇ ਮਾਡਰਨ ਆਰਟਸ ਜਾਂ ਕਿਵੇਂ ਸਾਡਾ ਸਟਾਈਲ ਤਾਂ ਜਿਵੇਂ ਓਲਡ ਸਟਾਈਲ ਸੀ ਲੜਨ ਦਾ ਹਾਂਜੀ ਹਾਂਜੀ ਸੋ ਇਸ ਤੋਂ ਇਹ ਜਿਹੜਾ ਇੱਕ ਘਟਨਾ ਹੈ ਕਿ ਵੀ ਮਟਕਾਫ ਤੇ ਉਸ ਫੌਜੀਆਂ ਦੇ ਨਾਲ ਟੱਕਰ ਹੋਈ ਇਹ ਹਿਸਟੋਰੀయన్స్ ਨੇ ਲਿਖਿਆ 1994 ਦੇ ਵਿੱਚ ਨਵਨੀਤ ਸਿੰਘ ਕਾਦੀਆ ਜਿਹੜੇ ਖਾਲਸਾ ਲਿਬਰੇਸ਼ਨ ਫੋਰਸ ਦੇ ਯੋਧੇ ਸੀ ਜਰਨੈਲ ਸੀ ਹਾਂਜੀ ਉਹਨਾਂ ਦੀ ਸ਼ਹਾਦਤ ਹੋਈ ਜੈਪੁਰ ਰਾਜਸਥਾਨ ਦੇ ਵਿੱਚ ਮਿਰਦਾ ਕਾਂਡਕ ਹੋਇਆ ਸੀ ਸੋ ਉਦੇਚ ਜਿਹੜੀ ਮੁੱਠ ਭੇੜ ਹੋਏ ਉਹਦੇ ਚੋ ਸ਼ਹੀਦ ਹੋਏ ਹਾਂਜੀ ਵਰਲਡ ਹਿਸਟਰੀ ਦੇ ਹਵਾਲੇ ਨਾਲ 1791 ਦੇ ਵਿੱਚ ਪਹਿਲਾ ਬੈਂਕ ਆਫ ਯੂ ਐਸ ਚਾਰਟਰਡ ਬੈਂਕ ਹੋਣ ਦੇ ਵਿੱਚ ਆਇਆ 1793 ਦੇ ਵਿੱਚ ਪਹਿਲੀ ਕੈਬਨਟ ਮੀਟਿੰਗ ਜਿਹੜੀ ਹੈ ਅਮਰੀਕਾ ਚ ਜੋਰਜ ਵਾਸ਼ਿੰਗਟਨ ਦੇ ਘਰ ਚ ਹੋਈ ਹਾਂਜੀ 1803 ਦੇ ਵਿੱਚ ਸੋਵਰਨ ਜਰਮਨ ਦੀਆਂ 1800 ਸਟੇਟਾਂ ਸੀ ਛੋਟ-ਛੋਟੀਆਂ ਜੀ ਜਿਨ੍ਹਾਂ ਨੇ ਇਕੱਠੇ ਹੋ ਕੇ 60 ਸਟੇਟਾਂ ਦੇ ਵਿੱਚ ਆਪਣੀ ਪ੍ਰੈਜ਼ੈਂਸ ਬਣਾਈ ਜੀ 1837 ਦੇ ਵਿੱਚ ਪਹਿਲਾ ਇਲੈਕਟ੍ਰਿਕ ਪ੍ਰੈਸ ਜਿਹੜਾ ਉਹ ਪੇਟੈਂਟ ਕਰਵਾਇਆ ਅਮਰੀਕਾ 'ਚ ਜੀ ਹੁਣ ਅੱਜ ਤਾਂ ਪ੍ਰੈਸਟ ਕੱਪੜੇ ਅਸੀਂ ਪਾਉਂਦੇ ਆਂ ਪਰ ਇਹ 1837 ਦੇ ਵਿੱਚ ਇਲੈਕਟ੍ਰਿਕ ਪ੍ਰੈਸ ਦੀ ਪੇਟੈਂਟ ਹੋਈ 1859 ਦੇ ਵਿੱਚ ਪਹਿਲੀ ਵਾਰ ਕੋਰਟ ਦੇ ਕੇਸਾਂ 'ਚ ਇਨਸੇਨ ਹੋਣ ਦੀ ਪਲੀ ਲਈ ਗਈ ਕਿ ਜੀ ਬੰਦਾ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਇਸ ਲਈ ਜਿਹੋਨੇ ਮਰਡਰ ਕੀਤਾ ਜਾਂ ਦੂਜਾ ਹੈ ਉਹਦੇ ਵਿੱਚ ਫਾਂਸੀ ਨਹੀਂ ਸੀ ਦਿੱਤੀ ਜਾਂਦੀ ਕਿ ਜੀ ਇਹ ਦਿਮਾਗੀ ਮੋਇਨਾ ਕਰਾਓ ਸੋ ਇਹ ਪਹਿਲੀ ਵਾਰੀ ਪੁਲਿਸ ਆਈ ਹੁਣ ਤਾਂ ਜਦੋਂ ਵੀ ਕੋਈ ਹੁੰਦਾ ਬਹੁਤ ਵਾਰੀ ਜਨੇ ਸੀਰੀਅਲ ਕਿਲਰ ਨੇ ਦੂਜੇ ਜਿਸ ਲਈ ਬਾਤ ਜਾਂਦੇ ਨੇ ਕਿ ਇਨਸੇਨ ਜਾਂ ਦਿਮਾਗੀ ਤੌਰ ਤੇ ਠੀਕ ਨਹੀਂ ਇਹਦੀ ਪੁਲੀ ਲੈਂਦੇ ਨੇ 1862 ਦੇ ਵਿੱਚ ਕਾਂਗਰਸ ਨੇ ਐਂਗਰੇਵਿੰਗ ਐਂਡ ਪ੍ਰਿੰਟਿੰਗ ਦਾ ਪਹਿਲਾ ਆਪਣਾ ਬਿਊਰੋ ਬਣਾਇਆ ਆ ਜਿਹੜੇ ਅਸੀਂ ਗ੍ਰੀਨ ਬੇਸ ਵਾਲੇ ਡਾਲਰ ਦੇਖਦੇ ਆ ਹਰਾ ਉਹਦਾ ਬੇਸ ਹੁੰਦਾ ਹੈ ਇਹ ਉਹ ਸਾਲ ਦੇ ਵਿੱਚ ਸ਼ੁਰੂ ਹੋਇਆ ਜਦੋਂ ਐਂਗਰੇਵਿੰਗ ਐਂਡ ਪ੍ਰਿੰਟਿੰਗ ਸ਼ੁਰੂ ਹੋਈ ਅੱਜ ਵੀ ਜਦੋਂ ਜਿਹੜੇ ਲੋਕ ਵਾਸ਼ਿੰਗਟਨ ਵਿਜ਼ਿਟ ਕਰਦੇ ਨੇ ਹਾਂਜੀ ਉਹ ਐਂਗਰੇਵਿੰਗ ਐਂਡ ਪ੍ਰਿੰਟਿੰਗ ਵਾਲੀ ਜਿਹੜੀ ਬਿਊਰੋ ਹੈ ਉਹਨੂੰ ਜ਼ਰੂਰ ਦੇਖਦੇ ਨੇ ਭਾਵੇਂ ਨੋਟਾਂ ਨੂੰ ਹੱਥ ਨਹੀਂ ਲਾਣ ਦਿੰਦੇ ਉੱਤੋਂ ਹੀ ਦੇਖਣਾ ਪੈਂਦਾ ਲੱਗਦਾ ਵੀ ਨੋਟ ਕਿਵੇਂ ਬਣ ਬਣ ਕੇ ਬਰ ਵਿੱਚ ਹੀ ਹੁੰਦਾ ਬੰਦਾ ਕਹਿੰਦਾ ਵੀ ਹੱਥ 'ਚ ਨਾ ਆ ਜਾਣ ਸਾਰੇ ਹਾਂਜੀ ਪਰ ਉਹ ਹੱਥ ਲਾ ਨਹੀਂ ਸਕਦੇ ਠੀਕ ਹੈ 1907 ਦੇ ਵਿੱਚ ਯੂ ਐਸ ਨੇ ਡੋਮਿਨਿਕਨ ਰਿਪਬਲਿਕ ਦੇ ਉੱਤੇ ਆਪਣਾ ਸੋਵਰਨ ਰਾਈਟ ਕਲੇਮ ਕੀਤਾ 1908 ਦੇ ਵਿੱਚ ਪਹਿਲੀ ਟਨਲ ਸਾਡੇ ਇੱਥੇ ਜਿਹੜੀ ਹਰਟਸਨ ਰਿਵਰ ਹੈ ਉਹਦੇ ਤੋਂ ਪਹਿਲੀ ਟਨਲ ਬਣੀ 1932 ਦੇ ਵਿੱਚ ਹਿਟਲਰ ਉਹ ਜਰਮਨ ਦਾ ਸਿਟੀਜ਼ਨ ਬਣਿਆ ਹੁਣ ਬਹੁਤਿਆਂ ਨੂੰ ਲੱਗੇਗਾ ਵੀ ਹਿਟਲਰ ਨੇ ਤਾਂ ਇੰਨੇ ਜ਼ੁਲਮ ਕੋ ਉਹ ਜਰਮਨ ਦਾ ਨਹੀਂ ਸੀ ਉਹ ਨਾਲ ਲੱਗਦਾ ਮੁਲਕ ਹੈ ਆਸਟਰੀਆ ਉਹਦਾ ਸਿਟੀਜ਼ਨ ਸੀ ਜੀ ਸੋ 1800 1932 ਦੇ ਵਿੱਚ ਉਹਨੂੰ ਜਿਹੜੀ ਹੈ ਇਮੀਗ੍ਰੇਸ਼ਨ ਸਟੇਟਸ ਮਿਲੇ 1954 ਦੇ ਵਿੱਚ ਈਜੀਪਟ ਦੇ ਵਿੱਚ ਚੇਂਜ ਹੋਈ ਤੇ ਕਰਨਲ ਨਾਸਰ ਜਿਹੜਾ ਉਹ ਇਜੀਪਟ ਦਾ ਪ੍ਰੈਜ਼ੀਡੈਂਟ ਬਣਿਆ ਫਿਰੇ ਉਹੀ ਨਾਸਰ ਹੈ ਜਿਨੇ ਸuez canal ਦੇ ਉੱਤੇ ਜਿਹੜਾ ਉਹ ਕਬਜ਼ਾ ਕੀਤਾ ਔਰ ਬਾਅਦ ਵਿੱਚ ਇਜ਼ਰਾਈਲ ਨਾਲ ਵੀ ਟੱਕਰ ਲਈ ਸੋ ਨਾਸਰ ਜਿਹੜਾ ਉਹ ਇੱਕ ਕਿਸੇ ਵੇਲੇ ਅ ਨਹਿਰੂ ਨਾਸਰ ਔਰ ਟੀਟੋ ਇਹਨਾਂ ਨੂੰ ਤ੍ਰੀ ਮੂਰਤੀ ਕਹਿੰਦੇ ਸੀ ਨਹਿਰੂ ਆਫ ਇੰਡੀਆ ਨਾਸਰ ਆਫ ਇਜੀਪਟ ਐਂਡ ਮਾਰਸ਼ਲ ਟੀਟੋ ਆਫ ਯੂਗੋਸਲਾਵੀਆ ਜੀ ਸੋ ਇਹ ਵਰਲਡ ਹਿਸਟਰੀ ਹੈ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਅਮਰੀਕਾ ਦੇ ਪ੍ਰੈਜ਼ੀਡੈਂਟ ਓਬਾਮਾ ਨੇ ਤਿੱਬਤ ਦੇ ਧਾਰਮਿਕ ਮੁਖੀ ਦলাই ਲਾਮਾ ਨਾਲ ਮੀਟਿੰਗ ਕੀਤੀ ਹੈ ਪਿਛਲੇ ਦਿਨੀ ਜਿਸ ਦਾ ਚਾਈਨਾ ਨੇ ਬਹੁਤ ਪ੍ਰਤਿਵਾ ਵਿਰੋਧ ਕੀਤਾ ਜੀ ਇਸ ਤੇ ਆਪ ਜੀ ਦੀ ਟਿੱਪਣੀ ਦੇਖੋ ਇਹ ਇੱਕ ਜਦੋਂ ਦੇ ਦলাই ਲਾਮੇ ਨੂੰ ਸੀਆਈਏ ਨੇ ਅਮਰੀਕਾ ਦੀ ਨੀਤੀ ਦੇ ਤਹਿਤ ਚੀਨ ਚੋਂ ਕੱਢ ਕੇ 1969 ਦੇ ਵਿੱਚ ਭਾਰਤ ਦੇ ਵਿੱਚ ਲਿਆਂਦਾ ਜੀ ਦਰمਸ਼الہ ਉਹਦਾ হেডকোয়ার্টার ਹੈ ਉਹਨੇ گورنمنٹ ਇਨ ਐਗਜ਼ਾਈਲ ਵੀ ਬਣਾਈ ਹੋਈ ਹੈ ਹਾਂਜੀ ਔਰ ਉੱਥੇ ਜਿਹੜਾ ਤਿੱਬਤਿੰਸ ਦਾ ਕਾਫੀ ਵੱਡਾ ਨੰਬਰ ਜਿਹੜੇ ਹੋਰ ਵੀ ਲੰਬੇ ਉੱਥੋਂ ਨਿਕਲੇ ਉਸ ਬੈਲਟ ਦੇ ਵਿੱਚ ਸੈਟਲ ਨੇ ਉਹ ਅਪਰ ਦਰਮਸ਼ਾਲਾ ਆਲਮੋਸਟ ਤਿੱਬਤੀਆ ਨੇ ਟੇਕਓਵਰ ਕੀਤਾ ਹੋਇਆ ਔਰ ਇੰਡੀਅਨ گورਨਮੈਂਟ ਵੀ ਫੁਲੀ ਮਦਦ ਕਰਦੀ ਹੈ ਦਲਾਈ ਲਾਮੇ ਦੀ ਜੀ ਚੀਨ ਨੇ ਹਮੇਸ਼ਾ ਹੀ ਜਦੋਂ ਇੰਡੀਆ ਦੇ ਨਾਲ ਉਹਨਾਂ ਦਾ ਪ੍ਰੋਟੈਸਟ ਹੁੰਦਾ ਉਦੋਂ ਵੀ ਇਹੀ ਹੁੰਦਾ ਹੈ ਕਿ ਤੁਸੀਂ ਦਲਾਈ ਲਾਮੇ ਨੂੰ ਜਿਹੜਾ ਉਹ ਰਿਮੋਟ ਕਰਦੇ ਹੋ ਸਾਡੇ ਖਿਲਾਫ ਜੀ ਔਰ ਕੋਈ ਗਲਤ ਵੀ ਨਹੀਂ ਹੈ ਉਹਨਾਂ ਦਾ ਚੀਨ ਦਾ ਰੋਸ ਕਿਉਂਕਿ ਇਵੇਂ ਹੈ ਹਾਂਜੀ ਇੱਕ ਪਾਸੇ ਤਾਂ ਆਪਣੇ ਮੁਲਕ ਦੇ ਵਿੱਚ ਭਾਰਤ ਜਿਹੜਾ ਹੈ ਜੇ ਕੋਈ ਖਾਲਸਤਾਨ ਦੀ ਗੱਲ ਸਿੱਖ ਕਰਦਾ ਹੈ ਕਸ਼ਮੀਰੀ ਆਜ਼ਾਦੀ ਦੀ ਗੱਲ ਕਰਦੇ ਨੇ ਨਾਗਾਲੈਂਡ ਕਰਦੇ ਨੇ ਅਸਾਮ ਵਾਲੇ ਕਰਦੇ ਨੇ ਜੀ ਉਹਨਾਂ ਦੀ ਤਾਂ ਨਸਲ ਕੁਸ਼ੀ ਕੀਤੀ ਹੈ ਔਰ ਲਗਾਤਾਰਤਾ ਨਾਲ ਕਰ ਰਹੇ ਨੇ ਹੁਣ ਵੀ ਕਸ਼ਮੀਰ ਦੇ ਵਿੱਚ ਸੱਤ ਮੁੰਡੇ ਮਾਰ ਦਿੱਤੇ ਜੰਗਲ ਕਿ ਜੀ ਇਹ ਅੱਤਵਾਦੀ ਮਾਰ ਦਿੰਦੇ ਨੇ ਔਰ ਉਹਨਾਂ ਦਾ ਜਿਹੜਾ ਉਹ ਸਾਰਾ ਹੀ ਕਸਬਾ ਹੈ ਵੈਲੀ ਹੈ ਉਹਦੇ ਤੇ ਕਰਫਿਊ ਲਾਇਆ ਹੋਇਆ ਹੈ ਜੀ ਜੀ ਲੋਕਾਂ ਦੇ ਤਾਂ ਘਰਾਂ 'ਚ ਚੁੱਕੇ ਮਾਰ ਦਿੰਦੇ ਨੇ ਉਹਨਾਂ ਦੇ ਕੋਲ ਕੋਈ ਚੋਇਸ ਨਹੀਂ ਹੁੰਦੀ ਵੀ ਕੀ ਕਰਨ ਨੂੰ ਪਰ ਦੂਜੇ ਪਾਸੇ ਤੁਸੀਂ ਦੂਸਰੇ ਦੇਸ਼ 'ਚ ਜਿਹੜੇ ਨੇ ਉਹਨਾਂ ਨੂੰ ਲਿਆ ਕੇ ਆਪਣੇ ਬਿਠਾ ਕੇ ਉੱਥੋਂ ਤੁਸੀਂ ਉਸ ਦੇਸ਼ ਦੇ ਖਿਲਾਫ ਕਾਰਵਾਈਆਂ ਕਰਵਾਉਂਦੇ ਹੋ ਹਾਂਜੀ ਹਾਂਜੀ ਪਾਕਿਸਤਾਨ ਨੇ ਤਾਂ ਕਦੇ ਹਾਜ਼ਾ ਨਾਰਾ ਨਹੀਂ ਮਾਰਿਆ ਕਿਸੇ ਸਿੱਖਾਂ ਲਈ ਕਿ ਵੀ ਉਹਨੇ ਕੋਈ ਸਰਕਾਰੀ ਤੌਰ ਤੇ ਪ੍ਰੋਟੈਸਟ ਕੀਤਾ ਹੋਵੇ ਪਰ ਹਮੇਸ਼ਾ ਪਾਕਿਸਤਾਨ ਦੀ ਆਈਐਸਆਈ ਨੂੰ ਵਿੱਚ ਘੜੀਸਿਆ ਹੁੰਦਾ ਹੈ ਕਿ ਜੀ ਆਈਐਸਆਈ ਖਾਲਸਤਾਨ ਨੂੰ ਰਿਵਾਈਵ ਕਰ ਰਹੀ ਹੈ ਰਿਵਾਈਵ ਕਰ ਦੇਗੀ ਤੁਸੀਂ ਤਾਂ ਦਲਾਈ ਲਾਮਾ ਬਿਠਾਇਆ ਹੋਇਆ ਲੈ ਆ ਕੇ ਗਵਰਨਮੈਂਟ ਇਨ ਐਗਜ਼ਾਈਲ ਬਣਾਈ ਹੋਈ ਹੈ ਉੱਥੋਂ ਬੈਠ ਕੇ ਚੀਨ ਵਿਰੋਧੀ ਕਾਰਵਾਈਆਂ ਕਰਦਾ ਸੋ ਅਮਰੀਕਾ ਨੇ ਵੀ ਅਮਰੀਕਾ ਦਾ ਹਰ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਮਿਲਦਾ ਹੈ ਉਹਨੂੰ ਦਲਾਈ ਲਾਮੇ ਨੂੰ ਚੀਨ ਹਰ ਵਾਰੀ ਪ੍ਰੋਟੈਸਟ ਕਰਦਾ ਹੈ ਹਾਂਜੀ ਹਾਂਜੀ ਕਿ ਵੀ ਇਹ ਇਹ ਕੰਮ ਮਤ ਕਰੋ ਫਿਰ ਇਹਨਾਂ ਨੇ ਲੱਭਿਆ ਜੀ ਓਵਲ ਆਫਿਸ ਚ ਨਹੀਂ ਮਿਲਦੇ ਵਾਈਟ ਹਾਊਸ ਦੇ ਕਿਸੇ ਹੋਰ ਕਮਰੇ ਚ ਮਿਲ ਲੈਂਦੇ ਫਿਰ ਇਹ ਕਹਿੰਦੇ ਜੀ ਨਹੀਂ ਅਸੀਂ ਉਹਨੂੰ ਕੋਈ ਪੋਲਿਟਿਕਲ ਆਇਡੈਂਟੀਟੀ ਦੇ ਤੌਰ ਤੇ ਨਹੀਂ ਮਿਲ ਰਹੇ ਉਹ ਤਾਂ ਰਿਲੀਜੀਅਸ ਲੀਡਰ ਹੈ ਤੇ ਤਿੰਨ ਜਿਹੜਾ ਬੁੱਧਿਜ਼ਮ ਹੈ ਉਹਦਾ ਉਹਦੀ ਕੈਪੈਸਿਟੀ ਚ ਮਿਲ ਰਹੇ ਪਰ ਚਾਈਨਾ ਨੇ ਇਹ ਸਿਰਫ ਜ਼ੁਬਾਨੀ ਪ੍ਰੋਟੈਸਟ ਨਹੀਂ ਕੀਤਾ ਉਹਨਾਂ ਨੇ ਫਿਰ ਅਮਰੀਕਾ ਦੇ ਐਮਬੈਸਡਰ ਨੂੰ ਸੱਦ ਕੇ ਵੀ ਉਸ ਨੂੰ ਜਿਹੜਾ ਇਸ ਦੇ ਲਈ ਝਾੜ ਪਾਈ ਹੈ ਸੋ ਇਹ ਅਮਰੀਕਾ ਕਰਦਾ ਇਹ ਨਹੀਂ ਵੀ ਉਹ ਵਾਮਾ ਪਹਿਲੀ ਵਾਰੀ ਮਿਲਿਆ ਉਸ ਤੋਂ ਪਹਿਲਾਂ ਬੁਸ਼ ਵੀ ਸੀ ਉਹਦਾ ਸੀਨੀਅਰ ਬੁਸ਼ ਵੀ ਸੀ ਇਹ ਉਹ ਚੀਨ ਦੇ ਖਿਲਾਫ ਇਹਨੂੰ ਇਹਨਾਂ ਨੇ ਰੱਖਿਆ ਹੋਇਆ ਵਰਤਣ ਦੇ ਲਈ ਕਿ ਨਹੀਂ ਤਾਂ ਅਸੀਂ ਆਹ ਫੈਕਟਰ ਵਰਤਾਂਗੇ ਹਾਂਜੀ ਹਾਂਜੀ ਜੀ ਡਾਕਟਰ ਸਾਹਿਬ ਹੁਣ ਸਾਡਾ ਸਮਾਪਤੀ ਵੱਲ ਜਾ ਰਿਹਾ ਹੈ ਹੁਣ ਸਾਡੇ ਦਰਸ਼ਕਾਂ ਨੂੰ ਅੱਜ ਦਾ ਵਿਚਾਰ ਦੱਸੋ ਅ ਅੱਜ ਦੇ ਵਿਚਾਰ ਲਈ ਅਸੀਂ ਪਾਈ ਗੁਰਦਾਸ ਜੀ ਦੇ ਕਵਿਤ ਨੰਬਰ 40 ਨੂੰ ਚੁਣਿਆ ਜੀ ਔਰ ਉਹਦੇ ਵਿੱਚ ਉਹੀ ਫਲੋ ਉਹੀ ਉਹਨਾਂ ਦੀ ਰਿਚਨੈਸ ਆਫ ਵਰਡਸ ਸ਼ਬਦਾਂ ਦੀ ਅਮੀਰੀ ਔਰ ਥੀਮ ਜਿਹੜਾ ਆਲਟੀਮੇਟਲੀ ਗੁਰੂ ਦੇ ਉੱਤੇ ਭਰੋਸਾ ਗੁਰੂ ਕਿਵੇਂ ਨਿਹਾਲ ਕਰਦੇ ਨੇ ਕਿਵੇਂ ਗੁਰੂ ਸਾਰੀਆਂ ਸ਼ਕਤੀਆਂ ਦੇ ਮਾਲਕ ਨੇ ਹਾਂਜੀ ਸੋ ਭਾਈ ਸਾਹਿਬ ਫਰਮਾਉਂਦੇ ਨੇ ਸੀਚਤ ਸਲਲ ਬਹੁ ਬਰਨ ਬਨਾਸਪਤੀ ਚੰਦਨ ਸੁਬਾਸ ਇਕੈ ਚੰਦਨ ਬਖਾਨੀ ਹੈ ਪर्वਤ ਵਿਖੈ ਉਤਪਤ ਹੋਏ ਅਸ਼ਟ ਧਾਤ ਪਾਰਸ ਪਰਸ ਇਕੈ ਕੰਚਨ ਕੈ ਜਾਨੀਏ ਨਿਸ ਅੰਧਕਾਰ ਤਾਰਾ ਮੰਡਲ ਚਮਤਕਾਰ ਦਿਨ ਦਿਨ ਕਰ ਜੋਤ ਇਕੈ ਪਰਵਾਨੀ ਹੈ ਲੋਗਨ ਮੈਂ ਲੋਗਾਚਾਰ ਗੁਰਮੁਖ ਇਕੰਕਾਰ ਸ਼ਬਦ ਸੁਰਤ ਉਨਮਨ ਉਨਮਾਨੀਏ ਜੀ ਸੋ ਇਹਦਾ ਸੈਂਟਰਲ ਥੀਮ ਤਾਂ ਖੀਰ ਲੀਆਂ ਦੋ ਲਾਈਨਾਂ ਨੇ ਕਿ ਜਿਹੜਾ ਗੁਰਮੁਖ ਜਿਸ ਦੀ ਰੰਕਾਰ ਦੇ ਨਾਲ ਪ੍ਰੀਤ ਹੈ ਰੱਬ ਦੇ ਵਿੱਚ ਉਹਦੀ ਸੁਰਤ ਜੁੜੀ ਹੋਈ ਹੈ ਮਨ ਨੂੰ ਉਹਨੇ ਇਸ ਸਾਰੀ ਦੁਨੀਆਦਾਰੀ ਤੋਂ ਹਟਾ ਕੇ ਰੱਬ ਦੀ ਪ੍ਰੀਤ ਦੇ ਵਿੱਚ ਜੋੜਿਆ ਹੋਇਆ ਉਸ ਦੀ ਸੁਰਤ ਦੇ ਵਿੱਚ ਸ਼ਬਦ ਪੜਿਆ ਹੋਇਆ ਹੈ ਸ਼ਬਦ ਔਰ ਸੁਰਤ ਹੈ ਸ਼ਬਦ ਸੁਰਤ ਜੁੜਿਆ ਉਹਨ ਮਨ ਨੂੰ ਮੰਨੀ ਹੈ ਦੁਨੀਆ ਤੋਂ ਉਹਨ ਮਨ ਹੋ ਕੇ ਪਾਸੇ ਜਾ ਕੇ ਉਸ ਰੱਬ ਨਾਲ ਪ੍ਰੀਤ ਪੋਗਾਂਦਾ ਹੈ ਉਹ ਇਹਨੂੰ ਥੀਮ ਨੂੰ ਕਹਿ ਕੇ ਉਹਨਾਂ ਨੇ ਤਿੰਨ ਜਿਹੜੇ ਨੇ ਉਹ ਅਲੰਕਾਰ ਵਰਤੇ ਨੇ ਚਾਰ ਜਿਹਦੇ ਚ ਉਹਨਾਂ ਨੇ ਇਹ ਕਿਹਾ ਵੀ ਜਿਸ ਤਰ੍ਹਾਂ ਜਿਹੜਾ ਪਾਣੀ ਹੈ শীতল ਸਲਨ ਠੰਡਾ ਪਾਣੀ ਜਾਂ ਪਾਣੀ ਜੀ ਬਹੁ ਬਰਨ ਬਨਾਸਪਤੀ ਇਹ ਜਿਹੜੀ ਪਲਾਂਟੇਸ਼ਨ ਹੈ ਕਿੰਨੇ ਸਪੀਸੀਜ਼ ਨੇ ਕਿੰਨੀ ਟਾਈਪ ਦੀ ਹੈ ਪਰ ਪਾਣੀ ਉਹਨਾਂ ਸਭ ਨੂੰ ਜ਼ਿੰਦਗੀ ਦਿੰਦਾ ਹੈ ਹਾਂਜੀ ਉਹ ਜਦੋਂ ਖਿੜਦੇ ਨੇ ਉਹ ਸਾਰੀ ਬਨਾਸਪਤੀ ਦਾ ਆਧਾਰ ਪਾਣੀ ਹੈ ਔਰ ਉਹ ਪਾਣੀ ਦੇ ਨਾਲ ਹੀ ਜੁੜੇ ਹੋਏ ਨੇ ਇਸੇ ਤਰ੍ਹਾਂ ਬਨਸਪਤੀ ਦਾ ਆਧਾਰ ਪਾਣੀ ਹੈ ਤੇ ਚੰਦਨ ਸੁਬਾਸ ਇੱਕ ਹੈ ਚੰਦਨ ਬਖਾਨੀ ਹੈ ਹੁਣ ਉਸ ਬਨਸਪਤੀ ਦੇ ਵਿੱਚ ਜੇ ਚੰਦਨ ਦਾ ਰੁੱਖ ਆ ਕੇ ਲਾ ਦਿਓ ਹਾਂਜੀ ਤੇ ਉਹਦੀ ਖੁਸ਼ਬੂ ਸਾਰੀ ਬਨਸਪਤੀ ਦੇ ਉੱਤੇ ਆ ਜਾਂਦੀ ਹੈ ਜੀ ਤੇ ਸਾਰੀ ਬਨਸਪਤੀ ਭਾਵੇਂ ਉਹ ਕਿਸੇ ਕਿਸਮ ਦੇ ਰੁੱਖ ਹੋਣ ਪਲਾਂਟ ਹੋਣ ਉਹ ਆਲਟੀਮੇਟਲੀ ਚੰਦਨੀ ਵਜਦੇ ਨੇ ਕਿਉਂਕਿ ਚੰਦਨ ਦੀ ਖੁਸ਼ਬੂ ਨਾਲ ਉਹ ਸਾਰੇ ਸਰਸ਼ਾਰ ਹੁੰਦੇ ਨੇ ਜੀ ਦੂਸਰਾ ਉਹਨਾਂ ਨੇ ਅਲੰਕਾਰ ਵਰਤਿਆ ਪਰਬਤ ਵਿਖੇ ਉਤਪਤ ਹੋਏ ਅਸ਼ਟ ਤਾਤ ਅੱਠ ਤਾਤ ਉਹ ਅਡੜ ਚਾਂਦੀ ਤਾਂਬਾ ਤੇ ਦੂਸਰੀਆਂ ਇਹ ਪਹਾੜਾਂ ਦੇ ਉੱਤੇ ਹੁੰਦੀਆਂ ਨੇ ਪਰ ਪਰਬਤ ਵਿਖੇ ਉਤਪਤ ਹੋਏ ਅਸ਼ਟ ਤਾਤ 파ਰਸ ਪਰਸ ਇਕੈ ਕੰਚਨ ਕੈ ਜਾਨੀ ਉਨੇ ਇੱਕ ਵਿਸ਼ਵਾਸ ਹੈ ਜਾਂ ਲੋਕ ਗਾਥਾਵਾਂ ਦੇ ਵਿੱਚ ਹੈ ਕਿ ਇੱਕ ਪੱਥਰ ਹੁੰਦਾ ਹੈ ਉਹਨੂੰ ਪਾਰਸ ਕਹਿੰਦੇ ਨੇ ਜੀ ਕਿ ਉਹ ਜਿਹਦੇ ਨਾਲ ਛੋਹ ਜਾਏ ਉਹਨੂੰ ਉਹ ਸੋਨਾ ਬਣਾ ਦਿੰਦਾ ਸੋ ਭਾਈ ਸਾਹਿਬ ਕਹਿੰਦੇ ਨੇ ਕਿ ਜੇ ਪਹਾੜ ਦੇ ਉੱਤੇ ਅੱਠ ਤਾਤੂਆਂ ਵੀ ਹੋਣ ਜੀ ਪਰ ਜਿਹੜਾ ਜੇ ਇੱਕ ਪਾਰਸ ਹੋਏ ਉੱਥੇ ਤੇ ਪਾਰਸ ਦੀ ਬਦੌਲਤ ਉਹ ਅੱਠੋਂ ਤਾਤੂਆਂ ਅਲਟੀਮੇਟਲੀ ਸੋਨਾ ਬਣ ਜਾਣਗੇ ਜੀ ਉਹਨਾਂ ਦੀ ਹੋਂਦ ਕੁਝ ਵੀ ਹੋਏ ਲੇਕਿਨ ਉਸ ਪਾਰਸ ਦੀ ਬਦੌਲਤ ਉਹ ਸੋਨਾ ਬਣ ਜਾਂਦੀਆਂ ਨੇ નિસ અંધકાર તારામંડળ ચમત્કાર નિસ અંધકાર ડાર્કનેસ ઓફ ધ નાઈટ નિશા સંસ્કૃત દેવ وچ રાત ਨੂੰ કહેને ને હાજી કે રાત دے ਹਨੇਰੇ وچ તારે ਜਿਹੜੇ ਨੇ ਉਹ ચમકਦੇ ਨੇ ਕਿੰਨੇ ਹੀ ਨੇ ਉਹਨਾਂ ਦੀ ਕਿੰਨੀ ਗਿਣਤੀ ਹੈ ਹੁਣ ਸੂਰਜ ਵੀ ਇੱਕ ਤਾਰਾ ਹੀ ਹੈ ਜੀ ਲੇਕਿਨ ਪਾਈ ਸਾਹਿਬ ਕਹਿੰਦੇ ਨੇ ਦਿਨ ਦਿਨ ਕਰ ਜੋਤ ਇੱਕ ਪਰਵਾਨੀ ਹੈ ਕਿ ਰਾਤ ਨੂੰ ਉਹ ਲੱਖਾਂ ਮਿਲੀయన్స్ ਤਾਰੇ ਨੇ ਪਰ ਦਿਨ ਵੇੜੇ ਸਿਰਫ ਇੱਕ ਸੂਰਜ ਹੈ ਤੇ ਉਹ ਤਾਰੇ ਸਾਰੇ ਉਸ ਸੂਰਜ ਦੇ ਸਾਹਮਣੇ ਨਤਮਸਤਕ ਹੋ ਜਾਂਦੇ ਨੇ ਕਿਉਂਕਿ ਸੂਰਜ ਚਮਕਵਾਲਾ ਵੱਡਾ ਤਾਰਾ ਹੈ ਇਸ ਲਈ ਉਹਨਾਂ ਦੀ ਹੋਂਦ ਨਹੀਂ ਰਹਿੰਦੀ ਸੂਰਜ ਦੀ ਹੋਂਦ ਰਹਿੰਦੀ ਹੈ ਸੋ ਇਹ ਕਹਿ ਕੇ ਫਿਰ ਉਹ ਕਹਿੰਦੇ ਨੇ ਲੋਗਨ ਮੇ ਲੋਗਾਚਾਰ ਗੁਰਮੁਖ ਇਕੰਕਾਰ ਸ਼ਬਦ ਸੁਰਤ ਓਨ ਮਨ ਓਨ ਮਾਨੀਏ ਇਸ ਤਰ੍ਹਾਂ ਜਦੋਂ ਜਿਹੜਾ ਨਿਰੰਕਾਰ ਦੇ ਵਿੱਚ ਪੁੜੀ ਹੋਈ ਸੁਰਤ ਵਾਲਾ ਗੁਰਸਿੱਖ ਹੈ ਉਹ ਹਰ ਇੱਕ ਚੀਜ਼ ਨੂੰ ਹੀ ਆਪਣੇ ਰੰਗ ਵਿੱਚ ਰੰਗ ਲੈਂਦਾ ਹੈ ਜਿਵੇਂ ਸੂਰਜ ਦੀ ਰੋਸ਼ਨੀ ਤਾਰਿਆਂ ਨੂੰ ਮਿਟਾ ਦਿੰਦੀ ਹੈ ਇੱਕ ਪਾਰਸ ਦਾ ਪੱਥਰ ਅਸ਼ਟ ਤਾਤੂ ਨੂੰ ਸੋਨਾ ਬਣਾ ਦਿੰਦਾ ਹੈ ਹਾਂਜੀ ਇੱਕ ਚੰਦਨ ਦਾ ਰੁੱਖ ਸਾਰੀ ਬਨਸਪਤੀ ਨੂੰ ਜਿਹੜਾ ਉਹ ਖੁਸ਼ਬੂ ਦੇ ਨਾਲ ਭਰ ਦਿੰਦਾ ਹੈ ਇਸ ਤਰ੍ਹਾਂ ਇਹ ਰੱਬ ਦਾ ਬੰਦਾ ਰੱਬ ਦਾ ਪਿਆਰਾ ਗੁਰਮੁਖ ਉਸ ਸਾਰੇ ਆਲੇ ਦੁਆਲੇ ਨੂੰ ਰੱਬ ਦੇ ਰੰਗ ਦੇ ਵਿੱਚ ਉਸ ਪਿਆਰ ਦੇ ਵਿੱਚ ਰੰਗ ਦਿੰਦਾ ਹੈ ਸੋ ਇਹ ਅੱਜ ਦਾ ਵਿਚਾਰ ਹੈ ਹਾਂਜੀ ਡਾਕਟਰ ਸਾਹਿਬ ਸਾਡਾ ਬਹੁਤ ਬਹੁਤ ਧੰਨਵਾਦ ਈਵਰ ਸਾਡਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਤੁਸੀਂ ਸਾਨੂੰ ਆਪਣੇ ਸੁਝਾਅ ਤੇ ਵਿਚਾਰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ s o s a t v j d f t v ਅਸੀਂ ਸਾਡਾ ਨਵਾਂ ਪ੍ਰੋਗਰਾਮ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ